ਸਾਹਿਬਾਨ ਦੋਸਤੋ, ਅੱਜ ਇੱਥੇ ਬੈਠੇ ਹਾਂ ਜੇ ਕੇ ਡੁਗਰੀ ਲੁਧਿਆਣਾ ਸਟੂਡੀਓ ਦੇ ਵਿੱਚ, ਔਰ ਮੇਰੇ ਨਾਲ ਬੈਠੇ ਨੇ ਐੱਨ ਐੱਸ ਮਣਕੂ ਜੀ, ਜਿਹੜੇ ਪੰਜਾਬ ਦੇ ਬਹੁਤ ਹੀ ਸੁਪਰ ਸਟਾਰ ਕਲਾਕਾਰਾਂ ਦੇ ਨਾਲ ਕਾਫ਼ੀ ਲੰਬੇ ਸਮੇਂ ਤੋਂ ਬਤੌਰ ਸਟੇਟ ਸੈਕਟਰੀ ਕੰਮ ਕਰਦੇ ਆ ਰਹੇ ਨੇ। ਮਣਕੂ ਜੀ, 8 ਮਾਰਚ ਨੂੰ ਚਮਕੀਲਾ ਜੀ ਦੀ ਬਰਸੀ ਮਨਾਈ ਜਾ ਰਹੀ ਡੁਗਰੀ ਦੇ ਵਿੱਚ, 32ਵੀਂ ਬਰਸੀ ਹੈ, ਕੀ ਕਹਿਣਾ ਚਾਹੋਗੇ ਚਮਕੀਲਾ ਜੀ ਬਾਰੇ? ਤਨੇਜਾ ਜੀ, ਬਹੁਤ ਖੁਸ਼ੀ ਦੀ ਗੱਲ ਆ, ਅੱਜ ਤੁਸੀਂ ਮੈਨੂੰ ਮਿਲ ਰਹੇ ਹੋ। ਇਹ ਉਸ ਸਥਾਨ 'ਤੇ ਆਪਾਂ ਬੈਠੇ ਹਾਂ ਜਿੱਥੇ ਅਮਰ ਸਿੰਘ ਚਮਕੀਲਾ ਦਾ ਜਨਮ ਹੋਇਆ। ਵਾਹ ਜੀ, ਬਿਲਕੁਲ। ਅਤੇ 8 ਮਾਰਚ ਨੂੰ ਦੁਨੀਆ ਹਮੇਸ਼ਾ ਹੀ ਯਾਦ ਕਰਦੀ ਹੈ ਅਤੇ ਉਡੀਕਦੀ ਆ ਵੀ ਉਹ 8 ਮਾਰਚ ਕਦ ਆਵੇ ਕਿ ਅਸੀਂ ਉਸ ਮੇਲੇ 'ਤੇ ਜਾਈਏ ਜਿੱਥੇ ਉਹਨੂੰ ਯਾਦ ਕੀਤਾ ਜਾਂਦਾ। ਵੈਰੀ ਗੁੱਡ। ਉਹਦੀਆਂ ਪੁਰਾਣੀਆਂ ਗੱਲਾਂ, ਉਹਦੇ ਪੁਰਾਣੇ ਗੀਤ, ਅਤੇ ਬਾਕੀ ਇੱਥੋਂ ਤਾਂ ਗੱਲ ਹੈ ਵੀ ਮੈਂ 16 ਸਾਲ 18 ਸਾਲ ਬਾਹਰ ਰਿਹਾ। ਵਾਹ ਜੀ ਵਾਹ। ਆ ਹੁਣੇ 2 ਸਾਲ ਹੋਏ ਆ ਮੈਨੂੰ ਆਏ ਨੂੰ। ਅਤੇ ਉੱਥੇ ਦੇਖੋ ਜਿੰਨੇ ਵੀ ਰੇਲਵੇ ਸਟੇਸ਼ਨ ਹੈ, ਵਾਹ, 8 ਜਾਂ 10 ਸਟੰਟ ਵਿੱਚ ਜਿੱਦਣ 8 ਮਾਰਚ ਹੁੰਦੀ ਆ, ਸਾਰੇ ਜਿੰਨੇ ਰੇਲਵੇ ਸਟੇਸ਼ਨ ਆ ਉਹਦੇ ਗੀਤ ਚੱਲਦੇ। ਬਿਲਕੁਲ ਜੀ, ਬਿਲਕੁਲ। ਹੋਰ ਕਿਸੇ ਦਾ ਗੀਤ ਨਹੀਂ ਚੱਲਦਾ। ਅਤੇ ਬਾਕੀ ਇਹ ਹੈ, ਛੋਟੇ ਛੋਟੇ ਬੱਚੇ 8-10 ਸਾਲ ਦੇ ਜਿੰਨੇ ਵੀ ਹੈ, ਉਹ ਚਮਕੀਲੇ ਨੂੰ ਪਿਆਰ ਕਰਦੇ ਆ, ਉਹਦੇ ਗੀਤ, ਉਹਦੀਆਂ ਟਿਊਨਾਂ, ਤਰਜਾਂ ਉਹਦੇ 'ਤੇ ਡਾਂਸ ਕਰਦੇ ਆ। ਇੱਕ ਮੁੰਡਾ ਛੋਟਾ ਜਿਹਾ ਮੈਂ ਗੀਤ ਗਾ ਕੇ ਉੱਠਿਆ, ਮੈਨੂੰ ਕਹਿੰਦਾ ਅੰਕਲ ਮੈਨੂੰ ਚਮਕੀਲੇ ਦਾ ਗੀਤ ਲਿਖਾਏ। ਵਾਹ। ਮੈਂ ਕਿਹਾ ਵੀ ਇੰਨੀ ਉਹਨਾਂ ਦੀ ਸ਼ਰਧਾ ਹੈ, ਇੰਨਾ ਪਿਆਰ ਕਰਦੇ ਆ ਉਸ ਜਵਾਨ ਨੂੰ, ਉਸ ਕਲਾਕਾਰ ਨੂੰ, ਜਿਹਦਾ ਨਾਂ ਕਦੇ ਜ਼ਿੰਦਗੀ 'ਚ ਮਿਟ ਨਹੀਂ ਸਕਦਾ, ਉਹਦੇ ਗੀਤਾਂ ਨੂੰ ਹਮੇਸ਼ਾ ਹੀ ਦੁਨੀਆ ਯਾਦ ਕਰਦੀ ਹੈ। ਵਾਹ ਜੀ ਵਾਹ, ਸ਼ੁਕਰੀਆ ਮਣਕੂ ਜੀ, ਬਹੁਤ ਹੀ ਭਰਪੂਰ ਜਾਣਕਾਰੀ ਜਿਹੜੀ ਹੈ ਤੁਸੀਂ ਚਮਕੀਲਾ ਜੀ ਦੀ ਦਿੱਤੀ ਹੈ। 8 ਮਾਰਚ ਨੂੰ ਉਹਨਾਂ ਦੀ ਬਰਸੀ ਮਨਾਈ ਜਾ ਰਹੀ ਹੈ ਡੁਗਰੀ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਥੈਂਕ ਯੂ, ਸ਼ੁਕਰੀਆ, ਮਿਹਰਬਾਨੀ।